ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਦੇ ਵੱਡੇ ਆਗੂ ਅਤੇ ਪਿੰਡ ਰਾਜੂ ਬੇਲਾ ਦੇ ਸਰਪੰਚ ਭਗਵੰਤ ਸਿੰਘ ਪੰਚਾਇਤ ਦੇ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਦੇਖ ਕੇ ਉਹਨਾਂ ਨੇ ਆਪ ਵਿੱਚ ਸ਼ਾਮਲ ਹੋਣ ਦਾ ਇਹ ਫੈਸਲਾ ਲਿਆ ਇਸ ਮੌਕੇ ਤੇ ਜਗਰੂਪ ਸਿੰਘ ਸੇਖਵਾ ਦੇ ਵੱਲੋਂ ਸਰਪੰਚ ਭਗਵੰਤ ਸਿੰਘ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਇਹ ਗੱਲ ਵੀ ਆਖੀ ਕਿ ਭਗਵੰਤ ਸਿੰਘ ਵੱਲੋਂ ਪਿੰਡ ਦੇ ਜਿਹੜੇ ਵੀ ਕੰਮ ਕਹੇ ਜਾਣਗੇ ਉਹ ਜਲਦ ਤੋਂ ਜਲਦ ਪੂਰੇ ਕੀਤੇ ਜਾਣਗੇ ਸਰਕਾਰ ਆਈ ਨੂੰ ਲਗਭਗ 1 ਸਾਲ ਹੋ ਚੁੱਕਾ ਅਸੀਂ ਕਾਂਗਰਸ ਵਿੱਚ ਰਹਿੰਦੇ ਆਂ ਕੰਮ ਬਹੁਤ ਕੀਤੇ ਪਰ ਜਦੋਂ ਹੁਣ ਸਰਕਾਰ ਇੰਨਾ ਵਧੀਆ ਕੰਮ ਕਰ ਰਹੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਇਹ ਦੋਨੇ ਪਾਰਟੀਆਂ ਰਲ ਕੇ ਕਦੀ ਇਧਰੋਂ ਠਿੱਬੀ ਦਿੰਦੇ ਆ ਕਦੀ ਇਧਰੋਂ ਦਿੰਦੇ ਆ ਵਧੀਆ ਕੰਮ ਕਰਦਿਆਂ ਨੂੰ ਜਾਣ ਬੁੱਝ ਕੇ ਹਲੂਣੇ ਦਿੰਦੇ ਆ ਅਸੀਂ ਸਾਰਿਆਂ ਨੇ ਬਹਿ ਕੇ ਮੇਰੀ ਪੰਚਾਇਤ ਨੇ ਮੇਰੇ ਮੈਂਬਰਾਂ ਨੇ ਅਸੀਂ ਰੋਜ਼ ਨਿਊਜ਼ ਦੇਖਦੇ ਹਾਂ ਸਾਨੂੰ ਇਹਨਾਂ ਦੇ ਕੰਮ ਪਸੰਦ ਨਹੀਂ ਆਏ ਪਰ ਇਹ ਸਰਕਾਰ ਨੇ ਜਿੰਨੇ ਵਾਅਦੇ ਕੀਤੇ ਆ ਬਹੁਤ ਵਧੀਆ ਕੰਮ ਹੋ ਰਹੇ ਆ ਜਿੱਦਾਂ ਕਿਸਾਨਾਂ ਦੀ ਪੇਮੈਂਟ ਦੀ ਗੱਲ ਕੀਤੀ ਆ ਜਿਹੜੇ 50 ਰੁਪਏ ਸਰਕਾਰ ਨੇ ਪਾਉਣੇ ਸੀ ਸਾਨੂੰ ਸ਼ੁਰੂ ਹੋ ਗਏ ਆ ਤਿੰਨ ਤਿੰਨ ਪਰਚੀਆਂ ਦੇ ਪੈਸੇ ਜਿਹੜੇ 50-50 ਰੁਪਏ ਆ ਮੈਂ ਮੈਸੇਜ ਵੀ ਵਿਖਾ ਸਕਣਾ ਸਾਨੂੰ ਵੀ ਉਹ ਆਉਣੇ ਸ਼ੁਰੂ ਹੋਏ ਆ ਹਾਂ ਸਰਕਾਰ ਨੂੰ ਇਹ ਜ਼ਰੂਰ ਅਪੀਲ ਕਰਾਂਗੇ ਵੀ ਥੋੜੀ ਜੀ ਤੇਜ਼ੀ ਕਰਕੇ ਉਹ 50-50 ਰੁਪਏ ਪੁਆਏ ਜਾਣ ਜਿਸ ਤਰ੍ਹਾਂ ਹੁਣ ਪਿੰਡਾਂ ਵਿੱਚ ਵਿਕਾਸ ਦੇ ਕੰਮ ਨੇ ਉਹ ਵੀ ਸ਼ੁਰੂ ਕਰਵਾਏ ਜਾਣ ਅਸੀਂ ਆਪਣੀ ਪਿੰਡ ਦੀ ਪੰਚਾਇਤ ਪੂਰਾ ਨਗਰ ਬੈਠ ਕੇ ਵਿਚਾਰ ਕਰਕੇ ਮਨੋਂ ਬਣਾ ਕੇ ਇਸ ਪਾਰਟੀਆਂ ਆਏ ਆ ਕਿ ਇਸ ਪਾਰਟੀ ਦੀ ਹੀ ਲੋੜ ਆ ਪੰਜਾਬ ਨੂੰ ਇਹ ਗਰੀਬਾਂ ਦੀ ਪਾਰਟੀ ਆ ਤੇ ਵਾਕਈ ਜੋ ਆ ਉਹ ਖਲੋਂਦੇ ਆ ਆਪਾਂ ਕੋਈ ਆਮ ਬੰਦਾ ਵੀ ਜਾ ਕੇ ਸੀਐਮ ਸਾਹਿਬ ਨੂੰ ਮਿਲ ਸਕਦਾ ਜਿਹੜੇ ਸਾਡੇ ਹਲਕੇ ਦੇ ਇੰਚਾਰਜ ਨੇ ਸਰਦਾਰ ਜਗਤਪ੍ਰੀਤ ਸਿੰਘ ਦੀ ਸੇਖਾਂ ਇਹਨਾਂ ਨੂੰ ਜਦੋਂ ਰਾਤ 12 ਵਜੇ ਵੀ ਫੋਨ ਕਰਦੇ ਆ ਇਹ ਸਾਡੀ ਗੱਲ ਸੁਣਦੇ ਆ ਜਿਹੜੇ ਸਾਡੇ ਹੋਰ ਹਲਕੇ ਦੇ ਨਮਾਇਦੇ ਆ ਉਹਨਾਂ ਨੂੰ ਅਸੀਂ ਮਿਲ ਹੀ ਨਹੀਂ ਪਾ ਸਕਦੀ ਕਈ ਕਈ ਚਿਰ ਕੋਈ ਬੰਦਾ ਪਾਉਣਾ ਪਏਗਾ ਮਿਲਣ ਵਾਸਤੇ ਪਰ ਇਹ ਪਰਿਵਾਰ ਅਸੀਂ ਪਹਿਲਾਂ ਵੀ ਇਸ ਪਰਿਵਾਰ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ ਸਾਨੂੰ ਇਹ ਪਸੰਦ ਆ ਅਸੀਂ ਪਾਰਟੀ ਤੇ ਸੇਖਵਾ ਸਾਹਿਬ ਨੂੰ ਪਸੰਦ ਕਰਕੇ ਇਸ ਪਾਰਟੀ ਚ ਆਏ ਆ ਅੱਜ ਅਸੀਂ ਪਿੰਡ ਰਾਜੂ ਬੇਲੇ ਤੇ ਜਿਹੜੇ ਮੌਜੂਦਾ ਸਰਪੰਚ ਨੇ ਸਰਦਾਰ ਭਗਵੰਤ ਸਿੰਘ ਜੀ ਔਰ ਉਹਨਾਂ ਦੀ ਸਾਰੀ ਪੰਚਾਇਤ ਔਰ ਸਮੁੱਚਾ ਨਗਰ ਆਜਾਮ ਆਦਮੀ ਪਾਰਟੀ ਚ ਸ਼ਾਮਲ ਹੋਇਆ ਜਿਹਦੇ ਲਈ ਸਾਨੂੰ ਬਹੁਤ ਵੱਡੀ ਖੁਸ਼ੀ ਆ ਕਿ ਸਾਡੀ ਪਾਰਟੀ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਵਾਧਾ ਹੋਇਆ ਵਾ ਔਰ ਅਸੀਂ ਇਹਨਾਂ ਨੂੰ ਵੀ ਯਕੀਨ ਦਿਵਾਉਨੇ ਆ ਕਿ ਇਹਨਾਂ ਦਾ ਪਾਰਟੀ ਚ ਮਾਨ ਸਨਮਾਨ ਹੋਊਗਾ ਔਰ ਪਿੰਡ ਦੇ ਵਿੱਚ ਜਿਹੜੇ-ਜਿਹੜੇ ਵਿਕਾਸ ਦੇ ਕੰਮ ਨੇ ਉਹ ਪਹਿਲ ਦੇ ਆਧਾਰ ਤੇ ਹੋਣਗੇ ਕਨਾਲਾ ਬਨਣਾ ਵਾਲਾ ਔਰ ਆਪਣੇ ਗਰੀਬਾਂ ਨੂੰ ਪਲਾਟ ਦੇਣ ਵਾਲੇ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਔਰ ਇਹ ਜਿਹੜਾ ਪਰਿਵਾਰ ਆ ਇਸ ਮੇਰਾ ਆਪਣਾ ਪਰਿਵਾਰ ਆ ਕਿਉਂਕਿ ਮੈਨੂੰ ਉਹ ਅੱਜ ਦਿਨ ਯਾਦ ਆਇਆ ਜਦੋਂ ਮੇਰੇ ਸਵਰਗੀ ਪਿਤਾ ਜੀ ਜਿਹਦਰ ਸੇਵਾ ਸਿੰਘ ਸੇਖਵਾ ਜਦੋਂ 1997 ਵਾਲੀ ਇਲੈਕਸ਼ਨ ਸੀ ਇਸ ਘਰ ਦੇ ਵਿੱਚ ਉਹਨਾਂ ਨੂੰ ਸਿੱਕਿਆਂ ਦੇ ਨਾਲ ਤੋਲਿਆ ਗਿਆ ਸੀ ਸੋ ਅੱਜ ਦੁਬਾਰਾ ਇਸ ਘਰ 'ਚ ਅਸੀਂ ਆਏ ਆਂ ਔਰ ਬਹੁਤ ਖੁਸ਼ੀ ਦਾ ਮਕਾਮ ਆ ਔਰ ਅੱਜ ਇਸ ਫੰਕਸ਼ਨ ਤੋਂ ਪਹਿਲਾਂ ਅਸੀਂ ਕਾਨੂੰਨਾਂਚ ਸਾਡੇ ਪਹਿਲਾ ਫੰਕਸ਼ਨ ਸੀਗਾ ਉੱਥੇ ਅੱਜ ਅਸੀਂ ਜਿੱਥੇ ਵਿਕਾਸ ਕਾਰਜ ਸ਼ੁਰੂ ਕਰਾਏ ਨੇ ਉੱਥੇ ਕਾਨੂੰਨਾਂ ਨਗਰ ਦੀ ਸਾਰੀ ਪੰਚਾਇਤ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਈ ਆ ਕਿਉਂਕਿ ਜਿਹੜੀਆਂ ਸਾਡੀਆਂ ਆਮ ਆਦਮੀ ਪਾਰਟੀ ਦੀਆਂ ਸਰਕਾਰ ਦੀਆਂ ਪਾਲਿਸੀਆਂ ਨੇ ਉਤੋਂ ਲੋਕ ਖੁਸ਼ ਹੋ ਕੇ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਰਹੇ ਆ ਜਿਨ੍ਹਾਂ ਦਾ ਅਸੀਂ ਜੀ ਆਇਆਂ ਆਖਦੇ ਆ